ਸਿਆਸੀ ਲੀਡਰਾਂ ਦਾ ਵੀ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈਪੀਐਸ ਅਫਸਰ ਡਾਕਟਰ ਜੋਦੀ ਜਾਦਵ ਦੇ ਵਿਆਹ ਤੋਂ ਬਾਅਦ ਇੱਕ ਹੋਰ ਨਵੀਂ ਜਿਹੜੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਿਹਾ ਇੱਕ ਹੋਰ ਵਿਧਾਇਕ ਹੁਣ ਆਈਐਸ ਅਫਸਰ ਦੇ ਨਾਲ ਵਿਆਹ ਜਲਦੀ ਕਰਵਾ ਜਾ ਰਿਹਾ ਮੰਗਣੀ ਹੋ ਚੁੱਕੀ ਹੈ ਤੇ ਕਹਿ ਸਕਦੇ ਹਾਂ ਕਿ ਹੁਣ ਲਗਾਤਾਰ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਖਾਸ ਕਰਕੇ ਪੋਲਿਟਿਸ਼ੀਨਾਂ ਦਾ ਅਫਸਰਾਂ ਦੇ ਨਾਲ ਔਰ ਇਸ ਮਸਲੇ ਦੇ ਵਿੱਚ ਜਿਹੜੀ ਜਾਣਕਾਰੀ ਮਿਲੀ ਆ ਕਿ ਨੌਜਵਾਨ ਬੜਾ ਸੋਹਣਾ ਵਿਦਿਆਖ ਜਿਹਦੀ ਮੰਗਣੀ ਹੋ ਚੁੱਕੀ ਆ ਇੱਕ ਆਈਐਸ ਆਫੀਸਰ ਦੇ ਨਾਲ ਜਿਵੇਂ ਹਰਜੋਤ ਸਿੰਘ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਅੱਜ ਵਿਆਹ ਦੇ ਵਿੱਚ ਬੰਦਨ ਚ ਵੱਜ ਚੁੱਕੇ ਨੇ ਆਈਪੀਐਸ ਆਫੀਸਰ ਨੇ ਡਾਕਟਰ ਜੋਤੀ যাদਬ ਜਿਹੜੇ ਮਾਨਸਾ ਦੇ ਵਿੱਚ ਐਸਪੀ ਦੇ ਤੌਰ ਤੇ ਕੰਮ ਕਰ ਰਹੇ ਨੇ ਦੋਨੇ ਦਾ ਵਿਆਹ ਹੋ ਚੁੱਕਾ ਔਰ ਹੁਣ ਜਿਹੜੀ ਨਵੀਂ ਸ਼ੁਰੂਆਤ ਜ਼ਿੰਦਗੀ ਦੀ ਕਰਨ ਜਾ ਰਹੀ ਆ ਬਹੁਤਾ ਜ਼ਿੰਦਗੀ ਦੀ ਸ਼ੁਰੂਆਤ ਉਹਦੇ ਚ ਇੱਕ ਵਿਧਾਇਕ ਜਿਹਦੀ ਮੰਗਣੀ ਹੋ ਚੁੱਕੀ ਆ ਆਈਐਸ ਅਫੀਸਰ ਨੇ ਐਸਟ ਐਮਓ ਐਸਡੀਐਮ ਦੇ ਤੌਰ ਤੇ ਕੰਮ ਕਰ ਰਹੇ ਨੇ ਦੋ ਯਾਰ ਵੀ ਬੈਚ ਦੇ ਨੇ ਤੇ ਪੰਜਾਬ ਚ ਲਗਾਤਾਰ ਵਿਆਹ ਜਿਹੜੇ ਵਿਧਾਇਕ ਕਰਵਾ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਕਹਿ ਸਕਦੇ ਕਿ ਨਰਿੰਦਰ ਕੌਰ ਭਰਾਜ ਦਾ ਵਿਆਹ ਹੋਇਆ ਸੀ ਇੱਕ ਟੀਚਰ ਦੇ ਨਾਲ ਫਿਰ ਫਾਜ਼ਿਲਕਾ ਤੋਂ ਨਰਿੰਦਰ ਸਮਣਾ ਦਾ ਹੋ ਚੁੱਕਾ ਜਿਹੜੇ ਸੁਖਾਨੰਦ ਜਿਹੜੇ ਵਿਧਾਇਕ ਨੇ ਉਹਨਾਂ ਦੀ ਮੰਗਣੀ ਹੋ ਚੁੱਕੀ ਆ ਇਸ ਤਰ੍ਹਾਂ ਹਲੇ ਵੀ ਪੰਜਾਬ ਦੇ ਵਿੱਚ ਚਾਹੇ ਕੈਬਨਿਟ ਮੰਤਰੀ ਮੀਤੇਰ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਹਲੇ ਕੁਵਾਰੇ ਨੇ ਅ ਅਨਮੋਲ ਗਗਨਮਾਨ ਕੁਵਾਰੇ ਨੇ ਤੇ ਇਸੇ ਤਰ੍ਹਾਂ ਗੈਰੀ ਵਿਡਿੰਗ ਵੀ ਹਲੇ ਕੁਵਾਰੇ ਨੇ ਪਰ ਹੁਣ ਜਿਹੜੀ ਅਸੀਂ ਤੁਹਾਨੂੰ ਨਵੀਂ ਕਹਾਣੀ ਦੱਸ ਰਹੇ ਇੱਕ ਐਮਐਲਏ ਦੀ ਇੱਕ ਆਈਐਸ ਆਫੀਸਰ ਦੀ ਜਿਨ੍ਹਾਂ ਦੀ ਮੰਗਣੀ ਹੋ ਚੁੱਕੀ ਹੈ ਰੇਂਜ ਮੈਰਿਜ ਕਹਿ ਸਕਦੇ ਇਹਨੂੰ ਤੇ ਇਹ ਜਿਹੜੇ ਜਲਦ ਇਸ ਸਾਲ ਦੇ ਅੰਤ ਤੱਕ ਵਿਆਹ ਦੋਨੇ ਕਰਵਾ ਲੈਣਗੇ ਦੋਨੇ ਪਰਿਵਾਰ ਖੁਸ਼ ਨੇ ਗੱਲ ਪੰਜਾਬ ਦੇ ਗਵਾਂਢੀ ਸੂਬੇ ਹਰਿਆਣੇ ਦੀ ਆ ਹਰਿਆਣੇ ਦੀ ਆਦਪੁਰ ਸੀੜ ਤੋਂ ਨੌਜਵਾਨ ਸਨੱਖਾ ਮੁੰਡਾ ਜਿਹੜਾ ਵਿਧਾਇਕ ਬਣਿਆ ਜਿਮਨੀ ਚੌਂ ਦੇ ਵਿੱਚ ਬਵਿਆ ਬਸ਼ਨੋਈ ਇਹ ਬਵਿਆ ਬਸ਼ਨੋਈ ਉਸ ਪਰਿਵਾਰ ਤੋਂ ਨੇ ਉਸ ਪਰਿਵਾਰ ਦਾ ਫਰਜ਼ੰਦ ਹੈ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਚੌਧਰੀ ਭਜਨ ਲਾਲ ਉਹਨਾਂ ਦੇ ਪੁੱਤਰੇ ਨੇ ਔਰ ਇਸ ਟਾਈਮ ਆਦਮਪੁਰ ਤੋਂ ਵਿਧਾਇਕ ਨੇ ਇਹਨਾਂ ਦੇ ਪਿਤਾ ਕੁਲਦੀਪ ਬਸ਼ਨੋਈ ਵੀ ਐਮਐਲਏ ਰਹਿ ਚੁੱਕੇ ਨੇ ਤੇ ਮਾਤਾ ਵੀ ਐਮਐਲਏ ਰਹਿ ਚੁੱਕੇ ਨੇ ਹੁਣ ਬਾਈ ਇਲੈਕਸ਼ਨ ਹੋਈ ਸੀ ਜਿੱਥੋਂ ਬਬੇ ਬਸ਼ਨੋਈ ਵਿਧਾਇਕ ਚੁਣੇ ਗਏ ਨੇ ਔਰ ਐਸਐਮ ਪੰਜਾਬ ਹਰਿਆਣੇ ਦੇ ਸਭ ਤੋਂ ਨੌਜਵਾਨ ਵਿਧਾਇਕ ਨੇ ਔਰ ਉਹਨਾਂ ਦੀ ਮੰਗਣੀ ਹੋ ਚੁੱਕੀ ਹੈ ਪਰਿਵਾਰ ਨੇ ਖੁਦ ਜਿਹੜੀਆਂ ਫੋਟੋਆਂ ਮੰਗਣੀ ਦੀਆਂ ਵਾਇਰਲ ਕੀਤੀਆਂ ਨੇ ਪਰਿਵਾਰ ਖੁਸ਼ ਦੋਨਾਂ ਪਰਵਾਰਾਂ ਦੇ ਲੈ ਕੇ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਨੇ ਜਿੱਥੇ ਤੱਕ ਗੱਲ ਕੀਤੀ ਜਾਵੇ ਜਿਹੜੇ ਵਿਦयक ਨੇ ਬਾਬਾ ਬਸ਼ਨੋਈ ਪਹਿਲੀ ਵਾਰ ਜਿਹੜੇ ਬਣੇ ਨੇ ਬਾਈ ਇਲੈਕਸ਼ਨ ਚ ਐਮ ਐਲ ਏ ਬਣਨ ਤੋਂ ਪਹਿਲਾਂ ਬਾਬਾ ਬਸ਼ਨੋਈ ਲੰਡਨ ਸਕੂਲ ਆਫ ਇਕਨੋਮਿਕਸ ਐਂਡ ਪੋਲਿਟੀਕਲ ਸਾਇੰਸ ਮਤਲਬ 12ਵਾਂ ਪੜ੍ਹ ਕੇ ਆਏ ਨੇ ਚੰਗੇ ਕਰੈਕਟਰ ਵੀ ਰਹੇਗੇ ਨੇ ਖਿਡਾਰੀ ਵੀ ਰਹਿ ਚੁੱਕੇ ਨੇ ਫਿਰ ਪੋਲਿਟਿਕਸ ਦੇ ਵਿੱਚ ਆ ਗਏ ਕਿਉਂਕਿ ਉਹ ਆਪਣੇ ਪਰਿਵਾਰਕ ਸੀਟ ਮੰਨੀ ਜਾਂਦੀ ਆ ਆਦਮਪੁਰ ਉਥੋਂ ਭਜਨ لال ਪਰਿਵਾਰ ਦਾ ਨੌਵੀਂ ਵਾਰ ਕਬਜ਼ਾ ਉਸ ਸੀਟ ਤੋਂ ਰਿਹਾ ਹੈਗਾ ਜਿੱਥੋਂ ਇਸ ਟਾਈਮ ਬਵਿਆ ਬਿਸ਼ਨੋਈ ਨੁਮਾਇੰਦਗੀ ਕਰ ਰਹੇ ਨੇ ਅਗਰ ਗੱਲ ਕੀਤੀ ਜਾਵੇ ਜਿੰਨਾ ਦੇ ਨਾਲ ਮੰਗਣੀ ਹੋਈ ਹੈ ਰਾਜਸਥਾਨ ਦੀ ਲੜਕੀ ਹੈ ਜਿਹੜੀ 2020 ਬੈਚ ਦੀ ਆਈਐਸ ਹੈ ਜਦੋਂ ਰਿਜ਼ਲਟ ਆਇਆ ਸੀ ਤੇ ਹਿੰਦੁਸਤਾਨ ਦੇ ਵਿੱਚ ਉਹਨਾਂ ਦਾ ਤੀਆ ਨੰਬਰ ਸੀ ਤੇ ਜਿੰਨਾ ਦੇ ਨਾਲ ਹੁਣ ਬਵਿਆ ਬਿਸ਼ਨੋਈ ਔਰ ਉਸ ਆਈਐਸ ਆਫੀਸਰ ਦੇ ਨਾਲ ਮੰਗਣੀ ਹੋਈ ਹੈ ਨਾਮ ਆ ਪਰੀ ਬਿਸ਼ਨੋਈ ਦੋਨਾਂ ਦਾ ਬਿਸ਼ਨੋਈ ਪਰਿਵਾਰ ਔਰ 20 2020 ਬੈਚ ਦੀ ਆਈਐਸ ਆਫੀਸਰ ਹੈ ਪਰੀ ਬਿਸ਼ਨੋਈ ਐਸ ਟਾਈਮ ਗੰਗਟੋਕ ਵਿੱਚ ਬਤੌਰ ਐਸ ਡੀ ਐਮ ਦੇ ਤੌਰ ਤੇ ਕੰਮ ਕਰ ਰਹੇ ਹੈਗੇ ਨੇ ਦੋਨਾਂ ਪਰਿਵਾਰਾਂ ਦੀ ਜਿਹੜੀਆਂ ਖੂਬ ਜਿਹੜੀਆਂ ਤਸਵੀਰਾਂ ਨੇ ਉਹ ਵਾਇਰਲ ਹੋ ਰਹੀਆਂ ਨੇ ਔਰ ਹਾਲ ਹੀ ਹੱਲੇ ਹਰਿਆਣਾ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਚੌਧਰੀ ਓਮਪ੍ਰਕਾਸ਼ ਚਟਾਲੇ ਦੇ ਜਿਹੜਾ ਪੋਤੇ ਨੇ ਜਿਹੜੇ ਹਰਿਆਣਾ ਦੇ ਡਿਪਟੀ ਸੀਐਮ ਨੇ ਦੁਸ਼ੰਗ ਚਟਾਲਾ ਉਹਨਾਂ ਦੇ ਭਰਾ ਜਿਹੜੇ ਨੇ ਦਿਗਵਜ ਚਟਾਲਾ ਦੀ ਵੀ ਵਿਆਹ ਹੋ ਚੁੱਕਾ ਉਹ ਵੀ ਉਹਨਾਂ ਦਾ ਜਿਹੜਾ ਵਿਆਹ ਉਹ ਪੰਜਾਬ ਦੇ ਵਿੱਚ ਜਿਹੜੇ ਕਾਂਗਰਸੀ ਐਮਲੀ ਰਹਿ ਚੁੱਕੇ ਨੇ ਉਹਨਾਂ ਦੀ ਕੁੜੀ ਦੇ ਨਾਲ ਹੋਇਆ ਲੇਕਿਨ ਲੱਗਦਾ ਕਿ ਜਿਹੜੇ ਪੋਲਿਟਿਸ਼ੀਨ ਆ ਪੋਲਿਟਿਸ਼ੀਨਾਂ ਦਾ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਲਗਾਤਾਰ ਔਰ ਜਿਵੇਂ ਹਰਿਆਣੇ ਦੇ ਵਿਧਾਇਕ ਜਿਹੜੇ ਬਵੇ ਬਸ਼ਨੋਈ ਉਹਦੀ ਮੰਗਣੀ ਹੋ ਚੁੱਕੀ ਆ ਵਿਆਹ ਮੰਨ ਕੇ ਚੱਲਿਆ ਜਾ ਰਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਵਿਆਹ ਹੋ ਜਾਏਗਾ ਔਰ ਜਿਹੜੀਆਂ ਤਸਵੀਰਾਂ ਨੇ ਖੂਬ ਲੋਕ ਪਸੰਦ ਵੀ ਕਰ ਰਹੇ ਨੇ ਔਰ ਕੁਲਦੀਪ ਬਸ਼ਨੋਈ ਜਿਹੜੇ ਬਵੇ ਬਸ਼ਨੋਈ ਦੇ ਪਿਤਾ ਨੇ ਉਹਨਾਂ ਨੂੰ ਵਧਾਈਆਂ ਦਾ ਵੀ ਅ ਕਾਰਲੋ ਕੀ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਲੱਗਦਾ ਕਿ ਕਾਫੀ ਲੰਮੇ ਸਮੇਂ ਬਾਅਦ ਪਰਿਵਾਰ ਦੇ ਵਿੱਚ ਖੁਸ਼ੀ ਆਈ ਹੈ ਹਾਲਾਂਕਿ ਪਹਿਲਾਂ ਵੀ ਮੰਨਿਆ ਜਾ ਰਿਹਾ ਜੋ ਖਬਰ ਹੈ ਛਪੀਆਂ ਕਿ ਬਵੇ ਬਸ਼ਨੋਈ ਦੀ ਪਹਿਲਾਂ ਵੀ ਮੰਗਣੀ ਹੋਈ ਸੀ ਲੇਕਿਨ ਉਹ ਸਿਰੇ ਨਹੀਂ ਲੱਗੀ ਟੁੱਟ ਚੁੱਕੀ ਸੀ ਤੇ ਹੁਣ ਬਸ਼ਨੋਈ ਪਰਿਵਾਰ ਦੇ ਵਿੱਚ ਹੀ ਬਵੇ ਬਸ਼ਨੋਈ ਦਾ ਵਿਆਹ ਹੋਣ ਜਾ ਰਿਹਾ ਔਰ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ 'ਚ ਇਸ ਵੇਲੇ ਵਿਧਾਇਕ ਤੇ ਮੰਤਰੀ ਕੁਵਾਰੇ ਨੇ ਜਿੱਥੋਂ ਤੱਕ ਸਵਾਲ ਕੀਤਾ ਜਾਵੇ ਤੇ ਕੈਬਨਟ ਮੰਤਰੀ ਨੇ ਦੋ ਜਿਨ੍ਹਾਂ ਦੇ ਵਿੱਚ ਮੀਤ ਹਰਤ ਅਨਮੋਲ ਗਗੜਮਾਨ ਔਰ ਇਥੋਂ ਤੱਕ ਕਿ ਜਿਹੜੇ ਖੰਨੇ ਤੋਂ ਵਿਧਾਇਕ ਨੇ ਗੈਰੀ ਵਿੜਿੰਗ ਉਹ ਵੀ ਹਲੇ ਕੁਵਾਰੇ ਨੇ ਬਾਕੀ ਜਿਹੜੇ ਐਮਐਲਏ ਜਿਹੜੇ ਕੁਵਾਰੇ ਸੀ ਉਹਨਾਂ ਦੇ ਵਿਆਹ ਹੋ ਚੁੱਕੇ ਨੇ ਤੇ ਕਈਆਂ ਦੇ ਮੰਗਣੇ ਹੋ ਚੁੱਕੇ ਜਿਵੇਂ ਸੰਗਰੂਰ ਤੋਂ ਨਰਿੰਦਰ ਕੌਰ ਪਰਾਜ ਉਹਨਾਂ ਦਾ ਵਿਆਹ ਹੋ ਚੁੱਕਾ ਫਾਜ਼ਿਲਕਾ ਤੋਂ ਨਰਿੰਦਰ ਸਮਨਾ ਦਾ ਵਿਆਹ ਹੋ ਚੁੱਕਾ ਔਰ ਨਾਲ ਦੀ ਨਾਲ ਜਿਹੜੇ ਧਰਮਕੋੜ ਤੋਂ ਨੇ ਉਹਨਾਂ ਦਾ ਵੀ ਜਿਹੜੇ ਮੰਗਣੀ ਹੋ ਚੁੱਕੀ ਆ ਐਮਐਲਏ ਦੀ ਔਰ ਕਈਆਂ ਦੇ ਪੰਜਾਬ ਵਿੱਚ ਐਮਐਲਏ ਬਣਨ ਤੋਂ ਬਾਅਦ ਦੂਜੀ ਵਾਰ ਵੀ ਵਿਆਹ ਹੋ ਚੁੱਕੇ ਨੇ ਪਰ ਕੁੱਲ ਮਿਲਾ ਕੇ ਜਿਹੜੀ ਅੱਜ ਦੀ ਅਸੀਂ ਤੁਹਾਨੂੰ ਇੱਕ ਜਾਣਕਾਰੀ ਸਾਂਝੀ ਕੀਤੀ ਆ ਉਹ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਆਹ ਇੱਕ ਆਈਪੀਐਸ ਆਫੀਸਰ ਲੜਕੀ ਦੇ ਨਾਲ ਹੋਇਆ ਉਸੇ ਤਰ੍ਹਾਂ ਹੁਣ ਹਰਿਆਣੇ ਦੇ ਵਿੱਚ ਇੱਕ ਨੌਜਵਾਨ ਵਿਧਾਇਕ ਬਬੇ ਬਸ਼ਨੋਈ ਦਾ ਵਿਆਹ ਆਈਐਸ ਆਫੀਸਰ ਪਰੀ ਬਸ਼ਨੋਈ ਦੇ ਨਾਲ ਹੋਣ ਜਾ ਰਿਹਾ। ਫਿਲਹਾਲ ਤੁਸੀਂ ਸਾਨੂੰ ਦਿਓ ਅਗਿਆ ਇਸੇ ਤਰ੍ਹਾਂ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ।